माघ मज्जन संग साधुआ तोड़ी कर इशनान, हर का नाम ते आए सुन, सब नानो कर दान। जन्म कर्म मल उत्तरे, मन ते जाए गुमान, काम क्रोध न मोहिए, बिनस लोभ सुआन। सच्चे मार्ग चलदियां उस्तत करे जहान, अठ सठ तीर्थ सगल पुन, जी दया परवान। जिसनो देवे दया कर, सोई पुरख सुजान। जिन्ना मिलिया प्रभ आपना, नानक तिन कुरबान। माग सुचे से कांडियां है, जिन पूरा गुर मेहरवान। जिन्ना मिलिया प्रभ आपना, नानक तिन कुरबान। माग सुचे से कांडियां है, जिन पूरा गुर मेहरवान। चवर शतर तखत दे मालक, तन तन श्री गुरु ग्रंथ साहिब सच्चे सतगुरु पातशाह जी दे पावन दरबार दे अंदर शुभाईमान होए बैठे गुरु प्यार वाले गुरु सवारे सतसंगी जनों, अज माघ दे महीने की आरंभता है। सनातन मत दे अनुसार मकर संक्रांति का दिहाड़ा है, ते इलाहाबाद प्रयाग दे अस्थान दे उपर त्रिवेणी संगम ते इशनान करन दे नाल अंदर दे जन्मां जन्मां दे पापां दी मैल खत्म हो जाती है, ते इंसान पापां तों मुक्त हो जाता है। ये सनातन मत दे अनुसार ये गल प्रचलित है। असी गुरु नानक दे चरणां विच बैठे हाँ, गुरु नानक साहिब पातशाह दा घर इस परताई की बचन करदा है। वह गुरमुखो आप जी ने यह गुरु अर्जन देव पातशाह जी की पावन बाणी बारह माह स्क्रीन के उपर भी आप पावन शब्द देख रहे हो, पावन पौड़ी जो गुरु अर्जन साहब ने बचन कहे वह पाठ आपने सरवण किया है। आओ अज गुरमुखो सिख इतिहास के टुटी गंढी मुक्तसर साहब की धरती के उपर शहीदों का पावन दिहाड़ा भी है। गुरु कलगी धर पातशाह के जीवन की अखीरली जंग जो लगभग 21 वैसाख में हुई,
ਤੇ ਉਹਦੀ ਪਾਵਨ ਜੋੜ ਮੇਲਾ ਮੁਕਤਸਰ ਸਾਹਿਬ ਦੀ ਧਰਤੀ ਦੇ ਉੱਪਰ ਵੀ ਇੱਕ ਮਾਘ ਨੂੰ ਮਨਾਇਆ ਜਾਂਦਾ ਹੈ। ਉਹ ਇਤਿਹਾਸ ਵੀ ਆਪਾਂ ਵਿਚਾਰਾਂਗੇ ਜੀ, ਪਰ ਉਸ ਤੋਂ ਪਹਿਲਾਂ ਜੋ ਇਹ ਗੁਰੂ ਅਰਜਨ ਦੇਵ ਸਤਿਗੁਰੂ ਪਾਤਸ਼ਾਹ ਜੀ ਦਾ 12 ਮਾਹਾਂ ਦੀ ਬਾਣੀ ਦੇ ਬਚਨ ਨੇ ਮਾਘ ਮਹੀਨੇ ਦੇ ਪਰਖਾਏ, ਉਹਨਾਂ ਦੀ ਆਪਾਂ ਵਿਚਾਰ ਕਰਨੀ ਹੈ। ਆਪ ਜਿਤਨੇ ਬੈਠੇ ਹੋ ਇੱਕ ਵਾਰ ਪਿਆਰ ਸਤਿਕਾਰ ਸਹਿਤ ਭਾਵਨਾ ਦੇ ਨਾਲ ਸਤਿਗੁਰੂ ਪਾਤਸ਼ਾਹ ਦੇ ਚਰਨਾਂ 'ਚ ਸੀਸ ਨਵਾਉਂਦਿਆਂ ਹੋਇਆਂ ਉਚਾਰਨ ਕਰੋ। ਆਖੋ ਜੀ, ਵਾਹੇ ਗੁਰੂ, ਵਾਹੇ ਗੁਰੂ। ਗੁਰੂ ਅਰਜਨ ਦੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਮਾਘ ਮੱਜਨ ਸੰਗ ਸਾਧੂਆਂ, ਤੂੜੀ ਕਰ ਇਸ਼ਨਾਨ। ਹੁਣ ਇੱਥੇ ਦੋ ਗੱਲਾਂ ਸਮਝਣੀਆਂ ਪੈਣਗੀਆਂ। ਜਿਹੜਾ ਗੁਰਮੁਖੋ ਮੈਲ ਦੀ ਗੱਲ ਹੈ, ਪਾਪਾਂ ਦੀ ਮੈਲ, ਸਾਡੇ ਕਰਮਾਂ ਦੀ ਮੈਲ, ਉਹ ਇੱਕ ਤੇ ਸਾਡੇ ਕਰਮਾਂ ਦੀ ਮੈਲ ਸਾਡੇ ਸਰੀਰ ਦੇ ਉੱਪਰ ਹੈ, ਤੇ ਦੂਜੀ ਪਾਪਾਂ ਤੇ ਕਰਮਾਂ ਦੀ ਮੈਲ ਸਾਡੇ ਮਨ, ਸਾਡੀ ਮਤ ਦੇ ਉੱਪਰ ਹੈ। ਅਸੀਂ ਸ਼ਬਦ ਆਤਮਾ ਵਰਤਦੇ ਹਾਂ। ਹੁਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਜਪਜੀ ਸਾਹਿਬ ਦੀ ਬਾਣੀ ਅੰਦਰ ਦੋਨੇ ਤਰ੍ਹਾਂ ਦੀ ਮੈਲ ਦਾ ਜ਼ਿਕਰ ਜਪਜੀ ਦੀ ਬਾਣੀ ਅੰਦਰ ਕੀਤਾ ਜੀ। ਉਹ ਪੰਕਤੀਆਂ ਹਰ ਇੱਕ ਸਿੱਖ ਨੂੰ ਯਾਦ ਨੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਜੇ ਤਨ ਦੇ ਉੱਤੇ ਮੈਲ ਆ ਗਈ ਹੈ, ਕੱਪੜਿਆਂ ਉੱਤੇ ਮੈਲ ਆ ਗਈ ਹੈ, ਤਨ ਉੱਤੇ ਮੈਲ ਹੋਵੇ ਤੇ ਪਾਣੀ ਨਾਲ ਧੋਤੀ ਜਾਂਦੀ ਹੈ, ਜੇ ਕੱਪੜਿਆਂ ਦੇ ਉੱਤੇ ਮੈਲ ਲੱਗੇ ਤੇ ਸਾਬਣ ਤੇ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ, ਜੇ ਮਨੁੱਖ ਦੇ ਵੱਲ ਝਾਤੀ ਮਾਰੀਏ, ਇਹਦੇ ਤਨ ਉੱਤੇ ਅੱਜ ਕੋਈ ਮੈਲ ਨਹੀਂ ਦਿਖਾਈ ਦਿੰਦੀ। ਤਨ ਤੇ ਗੁਰਮੁਖੋ ਸਾਫ਼ ਹੈ, ਜੇ ਇਹਦੇ ਕੱਪੜਿਆਂ ਵੱਲ ਝਾਤੀ ਮਾਰੀਏ, ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਇਹਦੇ ਕੱਪੜੇ ਵੀ ਬੜੇ ਸੋਹਣੇ ਪਾਏ ਨੇ, ਇਹਦੇ ਕੱਪੜਿਆਂ ਉੱਪਰ ਵੀ ਕੋਈ ਮੈਲ ਨਹੀਂ। ਤੇ ਤੀਸਰੀ ਹੈ ਗੁਰਮੁਖੋ ਆਤਮਾ ਮਨ ਹਿਰਦਾ। ਬਾਬਾ ਜੀ ਕਹਿੰਦੇ, ਜਦੋਂ ਹਿਰਦੇ ਦੇ ਵੱਲ, ਆਤਮਾ ਦੇ ਵੱਲ ਝਾਤੀ ਮਾਰਦੇ ਹਾਂ ਤੇ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸ਼ਿਆ। ਆਤਮਾ ਇਹਦੀ ਅੱਤ ਦੀ ਜਨਮਾਂ ਜਨਮਾਂ ਦੀ ਮੈਲ ਲੈ ਕੇ ਤੁਰੀ ਫਿਰਦੀ ਹੈ। ਤੇ ਸਤਿਗੁਰੂ ਪਾਤਸ਼ਾਹ ਨੇ ਬਚਨ ਕਹੇ, ਕਹਿਣ ਲੱਗੇ, ਭਾਈ ਜੇ ਤਨ ਤੇ ਮੈਲ ਹੈ ਤੇ ਪਾਣੀ ਨਾ ਸਾਫ਼ ਕਰੀ, ਕੱਪੜਿਆਂ ਤੇ ਮੈਲ ਹੈ ਤੇ ਸਾਬਣ ਤੇ ਪਾਣੀ ਲਾ ਲਈਦੀ ਹੈ, ਪਰ ਜੇਕਰ ਮਤ ਮੈਲੀ ਹੋਵੇ ਤੇ ਦੁਨੀਆਂ ਦੀ ਕੋਈ ਸਾਬਣ ਕੋਈ ਪਾਣੀ ਨਹੀਂ ਜਿਹੜੀ ਆਤਮਾ ਤੱਕ ਪਹੁੰਚਦੀ ਹੋਵੇ, ਆਤਮਾ ਤੇ ਲੱਗੀ ਮੈਲ ਨੂੰ ਕੇਵਲ ਪਰਮਾਤਮਾ ਦੇ ਨਾਮ ਦਾ ਰੰਗ ਧੋਂਦਾ ਹੈ, ਕੇਵਲ ਪਰਮਾਤਮਾ ਦੇ ਨਾਮ ਦਾ ਰੰਗ। ਅਸੀਂ ਜਪਜੀ ਸਾਹਿਬ ਦੀ ਬਾਣੀ ਰੋਜ਼ਾਨਾ ਪੰਕਤੀਆਂ ਪੜ੍ਹਦੇ ਹਾਂ ਜੀ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸਸਤਾ। ਸਤਿਗੁਰੂ ਬਾਬਾ ਜੀ ਕਹਿੰਦੇ, ਜੇਕਰ ਮਤ ਪਾਪਾਂ ਨਾ ਭਰੀ ਹੋਵੇ, ਮਨ ਪਾਪਾਂ ਨਾ ਭਰਿਆ ਹੋਵੇ, ਫਿਰ ਕਰੀਏ ਜੀ। ਪਾਤਸ਼ਾਹ ਕਹਿੰਦੇ, ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ, ਉਹ ਵੀ ਧੋਤਾ ਜਾ ਸਕਦਾ ਹੈ, ਮਤ ਵੀ ਧੋਤੀ ਜਾ ਸਕਦੀ ਹੈ, ਮਨ ਵੀ ਧੋਤਾ ਜਾ ਸਕਦਾ, ਉਹ ਧੋਪੈ ਨਾ ਮੈਂ ਕਹਿ ਰਿਹਾ। ਇਹਨੂੰ ਨਾਵੈ ਨਹੀਂ ਬੋਲਣਾ, ਇੱਕ ਨੁਕਤਾ ਬੜੇ ਧਿਆਨ, ਨਾਮ ਹੈ, ਨਾਮ ਦੇ ਨਾਲ ਧੋਤਾ ਜਾਂਦਾ ਹੈ। ਇਸੇ ਨੂੰ ਗੁਰਮੁਖੋ ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ, ਸਾਧ ਕੀ ਧੂਰ ਕਰੋ ਇਸ਼ਨਾਨ, ਸਾਧ ਉੱਪਰ ਜਾਈਏ ਕੁਰਬਾਨ। ਅੱਜ ਗੁਰੂ ਅਰਜਨ ਦੇ ਪਾਤਸ਼ਾਹ ਜਦੋਂ
माघ दे महीने की गल करते हैं तो सतगुरु पातशाह कहते माघ मजण संग साधुआ। माघ का अर्थ है माघ के महीने, मजण का अर्थ है इशनान करना, संग साधुआ का अर्थ है रब के प्यारे नाम जपण वाले साधुआ की संगत दे। हुण इत्थे इहदा सीधा जिहा अर्थ गुरमुखो यह बनता है भी शरीरक तौर के उत्ते इशनान की गल नहीं बाबा जी ने की। आम तौर पर माघ के महीने शरीर के इशनान की गल की जाती है, पर बाबा जी ने क्या कहन लगे शरीर का इशनान तो पशु से पंछी भी करी जाते हैं। पशु से पंछी भी गुरमुखो डुबकी ला लेंगे ने पानी के अंदर, तन दे लगी हुई मैल तो पशु ते पंछी भी धो लेंदे ने। तू तो इंसान है, तेरी आत्मा दे उत्ते मैल लगी है, वह मैल किवें साफ होवेगी ये मन विच विचार। ते बाबा जी ने कहा आ सिखा माघ का महीना आया है, तन दे नालों मन नूं वध मैल लगी है, तेनू मन नूं किवें धोएगा तेनू मैं दसा। माघ मजन संग साधुआ, माघ दे महीने दे विच संग साधुआं, साधुआं दे संगत दा इशनान कर, तूड़ी कर इशनान ते परमात्मा दे सिमरन दे विच अपनी आत्मा दा इशनान कर। यही अर्थ बनेगा जी, तूड़ी कर इशनान दा अर्थ है जेड़े साधु जन संगत विच बैठ के परमात्मा दी बंदगी करदे ने। साधु जन बैठ के संगत उस परमात्मा के गुणा नूं गाउंदे ने, सिमरन करदे ने, उस सिमरन दे विच अपनी आत्मा नूं डुबो। मैं गुरमुखो सवेरे भी एक बेनती की सी कि असी गोविंदवाल साहब कई संगतां जांदियां ने, असी पुछदे हां भाई साहब उत्थे सुणीदा वी जिहड़ा बौली दे उत्ते बैठ के जपजी की बाणी का पाठ करेगा वह मुक्त हो जाएगा। असल साढ़े बजुर्गों ने गुरमुखो सानू कमाल की सिक्ख्या दित्ती सी, सिख पानी के किनारे बैठा होवे ते पानी के किनारे बैठ के जपजी साहब की बाणी पढ़े। कारण की सी, जदों पानी के किनारे बैठ के जपजी की बाणी पढ़ेगा तो जपजी की बाणी ने तेनू यह कहना है कि तन ते मैण लगी है ते पानी ना धो, मन ते मैण लगी है ते बाणी ना धो। कहे तेन समझ आ जाएगी जेड़ी मैल कपड़िया से लैके आया पानी नाल धो लैंदा हाँ, मैल मन से लगी हुई है मैं बाणी पढ़ के धो लवांगा। इसे नूं क्या अमृत सर सतगुर सतवादी जित नाता कौआ हंस होवै, काला मैल का भरिया इंसान कौवे वर्गा आया, गुरु की बाणी च अपनी आत्मा नूं डबोया कहन लगे हंस बन के निकल गया। हंस इदा ही बनते ने जी, मन ते मैल लगी सी कौए वांग काला सी, बाणी विच अपने मन नूं लाया, गुरु के चरणा विच अपनी सुरत नूं टकाया, गुरु ने धो के इहदे अंदर दी मैल साफ कर दित्ती, गुरु ने हंस बना दित्ता है। आत्मक तौर पर हंस बनता सिख। इस तरह पातशाह कहिंदे माघ मजण संग साधुआ, माघ दे महीने विच इशनान करना ते प्यारिया गुरु के जपन वालियां दी संगत विच आके बैठिया, तोड़ी कर इशनान ते परमात्मा दे सिमरन दे विच अपना आत्मक इशनान कर। कहन लगे जी ओ इशनान होवेगा किवें, तरीका की है, ते अगला वचन कहिंदे ने हर का नाम ते आए सुन, हरि दे नाम नूं पहला ध्यान भाव के जबान विचों बोल सुन, कन्ना राही सुन, आही तरीका जी आत्मक इशनान का गुरमुखो यही तरीका है। परमा हरी दे नाम नूं ध्याउणा जबान दे राही, हरी दे नाम नूं कन्ना राही सुनना, जिहनूं बाबा जी ने कहा सुन ते पनीत कहे ते पवित सतगुर रहा पर पूरे, तेरा कहना भी पवित्र तेरा सुनना भी पवित्र हो गया, अंदर तेरे गुरु पर पूर बन गया। कहन लगे हर का नाम ते आए सुन, हरि दे नाम नूं ध्याउणा है, हरि दे नाम नूं कन्ना राही सुनना है। ते तीजा भी कहा
सबना नो कर दान। गुरमुखो प्रयाग दे अस्थान दे उपर जा तीर्थां दे उपर जाके ब्राह्मणा नू दान कीता जांदा सी, लोक दान कर दे। गुरु पातशाह कहिंदे आ तैनू सिखावां दान किवें करना ते किन्हां नू करना, दो चीजां कहिया। अज गुरमुखो ना बंदे ने यह पता लग्या दान की करना, ना यह समझ आई दान किस नू करना। गुरु पातशाह सानू गुरु ते सिखाउंदे ने, पहला वचन कहा सबना नो कर दान। सबना का अर्थ है जेड़े नाम जपण दे जग्यासु ने, जेड़े लोड़वंद ने, उन्हां नू पातशाह कहिंदे जेड़ा नाम तू खुद जप रहे हैं, जेड़ा नाम तू कन्न राही सुन रहे हैं, उस नाम नू तू अगे भी जाके बंडना है। बंदा गुरमुखो पदार्थ दान करदा, कपड़े दान कर दिते, धन दान कर दिता। सतगुरु पातशाह कहिंदे ज्ञान दान करना बड़ा औखा है, ताई ब्राह्मण कहिंदा सी कि ज्ञान केवल ब्राह्मण ही पढ़ सकता है। गुरु पातशाह कहिंदे यह परमेश्वर की बाणी है, यह चौ वर्णा को सांझा है, सारे पढ़ सकते हैं। ताई बाबा ने कृपा की थी, उपदेश चौ वर्णा को सांझा इस सारियां दे लई है, बाणी परमेश्वर का नाम सारियां दे लई है। पातशाह कहिंदे नाम जपण वाले ने जिहड़े ओ जदों दान करदे ने ओ नाम दीयां दातां वंडदे ने, ते ओ नाम दी दातां वंडण वेले पातशाह कहिंदे जे किते कपड़े बुन वाला कबीर आ जांदा उहनूं वी दान कर दिंदे ने, हल वाहुण वाला धन्ना आ जांदा उहनूं वी दान कर दिंदे ने, कहिंदे कपड़े रंगण वाला नाम दे वी मिलदा उहनूं वी दान कर दिंदे ने। नाम दीयां दातां वंडणियां ने, आप सिख ने जपणा। जिहनूं गुरु अर्जन साहिब पातशाह कहिंदे जन नानक धूड़ मंगे तस गुरसिख की। गुरमुखो दुनिया के लोग गुरु के चरणों की धूड़ मंगते सन, गुरु अर्जन देव पातशाह कहिंदे मैं गुरु के उन्हां सिखां दे चरण धूड़ मंगदा हाँ जिहड़े आप जपदे ने होरां नूं जपाउंदे ने। गुरु उन्हां दे चरण धूड़ मंगदा जी, आप पढ़दे ने होरां नूं पढ़ाउंदे ने, आप समझदे ने होरां नूं समझाउंदे ने, आप जपदे ने होरां नूं जपाउंदे ने। गुरु अर्जन देव पातशाह कहिंदे ऐसे सिखां दे चरण धूड़ मैं भी लोचदा, जन नानक धूड़ मंगै तिस गुरसिख की, जो आप जपै अवरा नाम जपावै। इसे तरह पातशाह कहिंदे ने हर का नाम त्याए सुन सबना नो कर दान, जन्म करम मल उतरै। पर पातशाह जदों इस नाम नूं ध्यावांगा, नाम नूं सुणांगा, फिर होवेगा की? ए आत्मक इशनान नाल होवेगा की? जन्म करम मल उतरै, तेरे जन्मां जन्मां दी लगी होई मैल, तेरे कर्मां दी मैल उतर जाए। जन्म की मैल उतरेगी, जेड़े तू इस संसार उत्ते रहिंदे आ बुरे कर्म कीते ने उन्हां दी मैल तेरे ते लगी है, वह भी उतरेगी। जन्म करम मल उतरै, मन ते जाए गुमान। बंदिया 24 घंटे हंकार ते गुमान नाल लैके फिरदा, साधुआं दी संगत करेगा, संगत विच बैठ के परमेश्वर दा नाम जपेगा, आ तेरे अंदरों आ गुमान उतर जाएगा, हंकार खत्म हो जाएगा। काम क्रोध न मोही है, 24 घंटे जिहड़ा इह सुरत है इह वासना दे अधीन रहिंदी है, 24 घंटे इह मन क्रोध विच रहिंदा। पातशाह कहिंदे काम क्रोध काया को गल है, जौं कंचन सोहागा टल। गुरमुखो जिवें सोने नूं पा के ते उहनूं जिहड़ा है पगलाया जांदा है, सतगुरु पातशाह कहिंदे इसे तरह के नाल काम ते क्रोध साडे तन नूं अंदर तों आत्मक तौर ते खत्म कर पगला दिंदे ने, खत्म कर दिंदे ने। पातशाह कहिंदे काम क्रोध ना मोही है, तेनू वासना तेनू क्रोध कदे मोह नहीं सकेगा, तेनू कदे छो नहीं सकेगा। बिनसै लोभ सुवान, ते पातशाह कहिंदे आ जिहड़ा विकार है लोभ दा, आ गुरमुखो देखो काम भी एक वकार है, काम क्रोध लोभ मोह अहंकार। गुरु अर्जन देव पातशाह पंजां दी गल करदे ने,
जे नाम जपेगा तेरे ये पंजे वकार खत्म हो जाएंगे। पातशाह कहिंदे मन ते गुमान चला जाएगा, काम क्रोध नहीं मोवेगा, लोभ कुत्ते वाला लोभ खत्म हो जाएगा। सच्चा मार्ग चलदे आ उस्तत करे जहान, करे जहान। पातशाह कहिंदे सच्चे मार्ग का की अर्थ है गुरमुखो? सच्चा मार्ग, सच दे मार्ग ते चलदे आ। गुरु का मार्ग ही सच्चा मार्ग है, इत्थे आपां सौखा समझांगे। सच्चा मार्ग का अर्थ की है? गुरु का मार्ग, गुरसिख मीत चलो गुर चाली। पातशाह कहिंदे संत का मार्ग धर्म की पौड़ी को वड भागी पाई। आ जिहड़ा सच्चा मार्ग है ना, इह किसे वड्डे भागां वाले नूं गुरमुखो मिलदा है। दीन कमाउण दी गल, नाम कमाई दी गल, पातशाह गुरमुखो इह हर एक दी झोली नहीं आउंदी। सच्चा मार्ग चलदे आ उस्तत करे जहान। पातशाह कहिंदे बंदा कहिंदा मेरी वडियाई होवे, मेरी उस्तत होवे, पर पातशाह कहिंदे उस्तत किवें होवेगी? पुछ नामदेव नूं, नामदेव जी तुहाडी उस्तत किवें होई? ते बाबा नामदेव तुहानूं दसणगे किवें होई उस्तत। गोबिंद 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 सिंह नामदेव मन लीणा, आड़ दम पुछी परो होयो लखीणा। जदों मैं गोबिंद विच अपनी आत्मा नूं लीन कर लिया ते कहन लगे फिर मेरी वडियाई चारे पासे। कदे पुछी बाबे रविदास नूं, रविदास जी बाबा जी तुहाडी उस्तत किवें हुंदी है दसना। उन्होंने रविदास तुवंता टोनी तिन त्यागी माया, भाई माया नूं त्यागना पिया। इसे तरह नाल पातशाह कहिंदे पर गुरु दे मार्ग ते चलदियां ही संसार उस्तत करदा है, वड़ियाई करदा है। अठ सठ तीर्थ सगल पुन जी दया परवान। पातशाह कहिंदे अठाठ तीर्थां दा फल मिलेगा, सगल पुन सारे पुन प्राप्त हो जाने। जी दया, जीवां ते दया करदा, इह सब कुछ परमेश्वर दे दरबार विच प्रवान हो जाएगा। कदों? जदों साधुआं दी संगत विच बैठ के प्यारिया अपनी आत्मा नूं इशनान करवाया। जिसनों देवै दया कर, जिस दे उपर दया करके वाहेगुरु परमेश्वर जी नाम दीआं दातां दिंदे हन। जिसनों देवै दया कर, गुरमुखो यह गल चेता रखिए, रब दे घरों जो भी मिलता है वह तरस ते दया नाल मिलता है। जिसनों देवै दया कर, इत्थे नानक हुक्म ना चलई नाल खसम चलै अरदास। परमेश्वर दे गुरु दे दरबार विच हुक्म दे नाल कुछ नहीं मिलता, जो मिलता है वह तरस नाल मिलता है, उहदी दया विचों मिलता है। इसे नूं गुरु अर्जन देव पातशाह ने कहा तरस पिया महरामत होई सतगुर सज्जन मिलिया। वह तरस होया, उन्हें तरस किया, उन्हें दया की मेरे उत्ते, मैनू सच्चा सतगुरु मिलिया। इस करके पातशाह कहिंदे जिसनों देवै दया कर, जिस दे उपर वाहिगुरु जी दया करके नाम दियां दातां दिंदे ने, सोई पुरख सुजान। सुजान हुंदा पहुंचिया होया, प्रवान होया, सियाणा पुरश। पातशाह कहिंदे भाई असल परमेश्वर दे दरबार उही सुजान है जिहदे उत्ते वाहिगुरु ने दया कीती ते उन्हों नाम दियां दातां वंडियां। जिन्ना मिलिया प्रभ अपना नानक तिन कुरबान। गुरु अर्जन देव पातशाह कहिंदे हे नानक तिन कुरबान, मैं उन्हां ते कुरबान जांदा हाँ, उन्हां ते बलहारे जांदा हाँ, सदके जांदा हाँ। जिन्ना मिलिया प्रभ अपना, जिन्हां नूं अपना वाहिगुरु परमेश्वर प्राप्त होया है। माग सुचे से कांडी है, माग थोड़ा रुक के विश्राम ला, माग सुचे से कांडी है। माग दे महीने असल दे विच ओही सुचे कहे जा सकदे ने, कांडी है कहे जांदे ने, मन्ने जांदे ने कौन? जिन्हां ने गुरमुखो केवल अपने शरीर नूं धोता नहीं, नहीं। एक एक नुक्ता बड़े ध्यान नाल समझो जी।
गुरु नानक साहिब पातशाह आसा की वार की बाणी च कहिंदे ने, सुचे ए ना आखियां आखियां बहन जे पिंडा तो। भाई गुरु परमेश्वर के दर के उपर उस सुचे नहीं कहे जाते जेड़े केवल अपने पिंडे नू अपने शरीर नू धोंदे ने। शरीर नू धोण वाला गुरमुख कद सुचा नहीं, क्यों? शरीर गुरमुखो वार वार जूठा होना, वार वार इन साफ होना, शरीर ते शरीर है ना। बाबा कबीर साहब कहते, गोबर जूठा चौंका जूठा जूठी दीनी कारा, कह कबीर ते नर सुचे साची परी विचारा। उस सच्चे तो वह ने जिन्हों की विचार सच्ची हो गई है, गुरमुखो जिन्हों का बोलना सच्चा हो गया, जिन्हें देखना पवित्र हो गया, जिन्हें सुनना पवित्र हो गया। सुनते ने केवल परमेश्वर का नाम सुनते ने, देखते ने जो दिस है सो तेरा रूप, देख पराइयां चंगियां मावां धीआं भैण जाना, देखना भी गुरमुख पवित्र है। इस करके पातशाह कहिंदे ओही सुचे ने, पातशाह कहिंदे जिन्हां दे कोल सच्चा नाम है। जदों अज असी इतिहास विचारदे हां, इतिहासकार कहिंदा, मैं जिन्ना समा बाकी बचा आपां इतिहास दी विचार करदे, माग सुचे से कांडी, ओ सुचे ने गुरमुखो परमेश्वर दे दरबार विच जिन पूरा गुर मेहरवान, पातशाह कहिंदे जिन्हां दे उपर ओ पूरा गुरु मेहरवान हो जांदा है, ओ सुचे ने। हुण इक नुक्ता समझो, गुरु कलगीधर पातशाह आनंदपुर साहब छड्डदे ने, चमकौर साहब दे विच गुरमुखो शहीदियां होंदियां ने, वड्डे लालां दियां, गुरु के सिखां दियां, सरहंद की धरती ते छोटे साहिब शहीद होंदे ने, दीने कांगड़ की धरती तो गुरु कलगीधर पातशाह। वैसे सवेरे ये विचार हो चुकी है, पर क्योंकि शाम दीयां संगतां होर होंदियां ने बहुतां, इस करके इहनूं थोड़ा समझो अज दे इतिहास। दीना कांगड़ की धरती उपर गुरु कलगीधर पातशाह ने जफरनामा लिखिया बादशाह औरंगजेब। भाई धर्म सिंह, भाई दया सिंह जफरनामा लैके अहमदनगर औरंगजेब नूं मिलदे ने। गुरु कलगीधर पातशाह मालवे की धरती के उपर ने, जिहनूं अज असीं फरीदकोट, कोटकपूरा, बठिंडे का इलाका कहने हां जी, सारा यह है मालवे का इलाका, हुशियारपुर जलंधर का इलाका जिहड़ा, इहनूं गुरमुखो दुआबा कहा जाता है। तरन तारण साहब गुरदासपुर अमृतसर साहब है, इहनूं इलाका कहा जाता माझे का इलाका। गुरु पातशाह धरती मालवे की धरती के उपर ने, चलदे चलदे बैबल कलां पातशाह पहुंचे इत्थे, गुरु के सिख आले दुआले गुरु अर्जन देव पातशाह दे वेले दे सिख सन जिहड़े, गुरु हरगोबिंद साहिब पातशाह दे वेले दे सिख सन जिहड़े, उहनां दे आर परिवार खानदान आ के गुरु पातशाह नूं मिलदे ने। दुबारा फिर दीवान सजन लगे, गुरु पातशाह ने खंडे बाटे दी पाहुल तैयार करनी शुरू कीती। मालवे दे धारीवाल सिद्धू ब्राह्मण लोग आ के, बहादुर लोग सन ये, पातशाह नूं आ के मिलदे ने। दुबारा गुरमुखों फौजां तैयार होण लगदियां ने, अभ्यास शुरू हो जांदा। कपूरा इहदे कोले किला सी, खानदानी इहदे पुरातन बजुर्ग सिख सन। गुरु पातशाह ने कपूरे नूं अपने कोल बुलाया, कहन लगे कपूरिया तेरा किला चाहिए। भावें गुरमुखो प्रीत सी गुरु नाल, पर कई बार प्रीत हुंदी है पर प्रतीत नहीं बजदी बंदे दी। गुरु अगे अरदास करिए पातशाह, जिथे तेरे नाल साडी प्रीत बनी है तेरे ते प्रतीत भी बन जाए कि तू परमेश्वर है साडा, क्योंकि प्रतीत बननी गुरमुखो औखी है। नुकता बड़े ध्यान नाल समझो, पातशाह ने कहा कपूरिया तेरा किला चाहिए, वजीर खान का मुकाबला करना है। ये कहन लगा पातशाह आनंदपुर छड़ के आ गए, चमकौर चुन छड़ना पिया, इत्थे तुहानू किला मैं दे दिना, तुसी छड़ के किला अगे हो जाना, पातशाह पिछों परिवार मेरा मारिया जाना है। इस करके प्यार है पर किला नहीं, मैनू माफ़ कर दिओ, हाँ मैं तुहाडा सिख। पातशाह कहन लगे जिवें तैनू पाउंदा है।
ਚਲਦਿਆਂ ਚਲਦਿਆਂ ਗੁਰਮੁਖੋ ਗੁਰੂ ਪਾਤਸ਼ਾਹ ਕੋਟਕਪੁਰੇ ਤੋਂ ਜੈਤੋ ਹੁੰਦਿਆਂ ਹੋਇਆਂ ਰਾਮਿਆਣਾ ਸਾਹਿਬ ਧਰਤੀ 'ਤੇ ਪਹੁੰਚਦੇ ਨੇ। ਛੋਟਾ ਜਿਹਾ ਨਗਰ ਹੈ ਰਾਮਿਆਣਾ, ਇੱਥੇ ਪਾਤਸ਼ਾਹ ਨੇ ਨਿਵਾਸ ਕੀਤਾ ਦੋ ਚਾਹੇ ਤਿੰਨ ਰਾਤਾਂ। ਇੱਥੇ ਹੁਣ ਤਾਂ ਬੜੇ ਧਿਆਨ ਨਾਲ ਸਮਝੋ, ਇੱਕ ਤਾਂ ਜਦ ਦੁਣੀ ਚੰਦ ਆਨੰਦਪੁਰ ਸਾਹਿਬ ਤੋਂ ਭੱਜਦਾ ਕੁਝ ਸਿੱਖਾਂ ਦੇ ਨਾਲ ਭੱਜ ਗਿਆ ਸੀ ਉਹ ਆਪਣੇ ਸੇਵਕਾਂ ਦੇ ਨਾਲ, ਕੁਝ ਸਰਸਾਂ ਦੇ ਕਿਨਾਰੇ ਸਿੱਖ ਵਿਛੜ ਗਏ ਸਨ ਉਹ ਸਿੱਖ, ਕੁਝ ਹੋਰ ਇਲਾਕੇ ਦੇ ਸਿੱਖ ਸਨ ਜਿਹੜੇ ਉਹ ਗੁਰਮੁਖੋਂ ਇਕੱਠੇ ਹੋ ਕੇ ਲਗਭਗ 250-250 ਦੇ ਕਰੀਬ ਸਿੱਖ ਮਾਝੇ ਤੋਂ ਗੁਰੂ ਕਲਗੀਧਰ ਪਾਤਸ਼ਾਹ ਨੂੰ ਆ ਕੇ ਰਾਮਿਆਣਾ ਸਾਹਿਬ ਮਿਲਦੇ ਨੇ। ਰਾਮਿਆਣਾ ਸਾਹਿਬ ਆ ਕੇ ਮਿਲੇ, ਗੁਰੂ ਪਾਤਸ਼ਾਹ ਪ੍ਰਸੰਨ ਹੋਏ, ਭਲਾ ਸਮਾਂ ਹੈ ਆ ਗਏ ਹੋ, ਆਓ ਭਾਈ ਜੰਗ ਯੁੱਧ ਦਾ ਸਮਾਂ ਹੈ, ਆਪਾਂ ਦੁਸ਼ਮਣ ਦਾ ਮੁਕਾਬਲਾ ਕਰਾਂਗੇ। ਇਹਨਾਂ ਹੱਥ ਜੋੜ ਕੇ ਆ ਸਤਿਗੁਰੂ ਪਾਤਸ਼ਾਹ, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ। ਪੁੱਛਿਆ ਕੀ? ਕਹਿਣ ਲੱਗੇ ਪਾਤਸ਼ਾਹ ਛੱਡੋ ਜੰਗਾਂ ਯੁੱਧਾਂ ਲੜਾਈਆਂ ਨੂੰ, ਸਾਡੀ ਸਰਕਾਰੇ ਦਰਬਾਰੇ ਚੱਲਦੀ, ਕੁੜ ਚੌਧਰੀ ਨਾਲ ਆਏ ਸਨ ਇਹਨਾਂ ਦੇ, ਸਾਡੀ ਸਰਕਾਰੇ ਦਰਬਾਰੇ ਥੋੜ੍ਹੀ ਬਹੁਤੀ ਹੈ, ਅਸੀਂ ਸਤਿਗੁਰੂ ਪਾਤਸ਼ਾਹ ਤੁਹਾਡੀ ਸਲਾਹ ਸਮਝੌਤਾ ਕਰਵਾ ਦਿੰਦੇ ਹਾਂ, ਸਰਕਾਰ ਤੁਹਾਨੂੰ ਕੁਝ ਨਹੀਂ ਕਹੇਗੀ, ਤੁਸੀਂ ਸਰਕਾਰ ਦੇ ਖਿਲਾਫ ਨਾ ਕੁਝ ਕਰਿਓ। ਪਾਤਸ਼ਾਹ ਤੁਸੀਂ ਮਾਝੇ ਚੱਲੋ, ਤਖ਼ਤ ਉੱਤੇ ਬੈਠ ਕੇ ਬਰਾਜਿਆ ਕਰੋ, ਜੇ ਅਸੀਂ ਤੁਹਾਡੇ ਚਰਨਾਂ ਵਿੱਚ ਬੈਠ ਕੇ ਨਾਮ ਜਪਿਆ ਕਰਾਂਗੇ। ਇੱਦਾਂ ਇਹਨਾਂ ਕਿਹਾ ਜੀ। ਜਦੋਂ ਇਹਨਾਂ ਕਿਹਾ ਪਾਤਸ਼ਾਹ ਸਰਕਾਰ ਨਾਲ ਹਕੂਮਤ ਨਾਲ ਸਮਝੌਤਾ ਕਰੋ, ਗੁਰੂ ਕਲਗੀਧਰ ਪਾਤਸ਼ਾਹ ਹੱਥ ਸ਼ਮਸ਼ੀਰ ਪਕੜਦੇ ਨੇ, ਉੱਠ ਕੇ ਗੁਰੂ ਖੜ੍ਹੇ ਹੋਏ, ਕਹਿਣ ਲੱਗੇ ਸਿੱਖ ਬਣ ਕੇ ਆਏ ਹੋ ਕਿ ਸਲਾਹਕਾਰ? ਗੁਰੂ ਨੇ ਪਹਿਲਾਂ ਬਚਨ ਹੀ ਇਹ ਕਿਹਾ, ਸਿੱਖ ਬਣ ਕੇ ਆਏ ਹੋ ਕਿ ਸਲਾਹਕਾਰ? ਇਹਨਾਂ ਕਿਹਾ ਪਾਤਸ਼ਾਹ ਹਾਂ ਅਤੇ ਤੁਹਾਡੇ ਸਿੱਖ। ਪਾਤਸ਼ਾਹ ਕਹਿਣ ਲੱਗੇ ਫਿਰ ਸਿੱਖ ਸਲਾਹਾਂ ਨਹੀਂ ਦਿੰਦਾ ਹੁੰਦਾ, ਸਿੱਖ ਅਤੇ ਗੁਰੂ ਦੇ ਇੱਕ ਇੱਕ ਬਚਨ ਉੱਪਰ ਆਪਣੀ ਆਪ ਨੂੰ ਕੁਰਬਾਨ ਕਰਦਾ ਹੈ, ਸਲਾਹਾਂ ਦੇਣ ਵਾਲਾ ਸਿੱਖ ਨਹੀਂ ਹੁੰਦਾ। ਜੋ ਗੁਰ ਕਹੇ ਸੋਈ ਭਲ ਮੰਨੋ, ਸਿੱਖ ਤਾਂ ਇਹ ਹੈ, ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਪਾਣੇ ਵਿੱਚ ਆਵੇ, ਇਹ ਹੈ ਸਿੱਖ ਦੀ ਨਿਸ਼ਾਨੀ। ਪਾਤਸ਼ਾਹ ਗੁਰੂ ਪਾਤਸ਼ਾਹ ਨੇ ਕਿਹਾ, ਕਹਿਣ ਲੱਗੇ ਅੱਜ ਸਲਾਹਾਂ ਦਿਨ ਆ ਗਏ ਹੋ ਚੌਧਰੀਓ। ਜਿਸ ਦਿਨ ਗੁਰੂ ਅਰਜਨ ਦੇਵ 33 ਤਵੀ 'ਤੇ ਬਿਠਾਇਆ ਗਿਆ ਸੀ, ਕਹਿਣ ਲੱਗੇ ਤੁਸੀਂ ਸਲਾਹਾਂ ਦੇਣ ਵਾਲੇ ਕਿੱਥੇ ਚਲੇ ਗਏ ਸੀ? ਗੁਰੂ ਪਿਤਾ ਗੁਰੂ ਤੇਗ ਬਹਾਦਰ ਦਿੱਲੀ ਗਏ, ਭਾਈ ਜੈਤਾ ਸੀਸ ਲੈ ਕੇ ਵਾਪਸ ਆਇਆ, ਤੁਸੀਂ ਸਲਾਹਾਂ ਦੇਣ ਵਾਲੇ ਉਸ ਦਿਨ ਕਿਉਂ ਨਾ ਆਏ ਸਮਝੌਤਾ ਕਰਾਉਣ ਵਾਸਤੇ? ਸਾਡੀਆਂ ਅੱਖਾਂ ਦੇ ਸਾਹਮਣੇ ਵੱਡੇ ਪੁੱਤਰ ਸ਼ਹੀਦ ਹੋਏ, ਸਾਡੇ ਸਿੱਖ ਸ਼ਹੀਦ ਹੋਏ, ਸਾਡੇ ਸ਼ੀਰਖੋਰ ਦੋ ਪੁੱਤਰਾਂ ਨੂੰ ਕੋਹ ਕੇ ਸ਼ਹੀਦ ਕਰ ਦਿੱਤਾ ਗਿਆ, ਉਹ ਤੁਸੀਂ ਸਮਝੌਤਾ ਕਰਾਉਣ ਵਾਲੇ ਉਸ ਦਿਨ ਕਿਉਂ ਨਾ ਚੱਲ ਕੇ ਆਏ, ਅੱਜ ਆ ਗਏ ਹੋ? ਪਾਤਸ਼ਾਹ ਕਹਿਣ ਲੱਗੇ, ਲੜਾਈ ਘਰ ਦੀ ਨਹੀਂ, ਇਹ ਲੜਾਈ ਕੋਈ ਜੋਰੂ ਜ਼ਮੀਨ ਜਾਇਦਾਦ ਦੀ ਨਹੀਂ ਕਿ ਜ਼ਮੀਨ ਮਿਲ ਗਈ ਅਤੇ ਸਮਝੌਤਾ ਹੋ ਗਿਆ, ਇਹ ਲੜਾਈ ਧਨ ਦੀ ਨਹੀਂ ਕਿ ਧਨ ਮਿਲ ਗਿਆ ਅਤੇ ਸਮਝੌਤਾ ਹੋ ਗਿਆ, ਇਹ ਲੜਾਈ ਸੱਚ ਅਤੇ ਝੂਠ ਦੀ ਹੈ, ਇਹ ਲੜਾਈ ਜ਼ੁਲਮ ਦੇ ਵਿਰੁੱਧ ਬਗਾਵਤ ਹੈ ਸਾਡੀ। ਪਾਤਸ਼ਾਹ ਕਹਿਣ ਲੱਗੇ, ਜਾਂ ਤਾਂ ਉਹ ਝੂਠ ਛੱਡ ਦੇਣ ਜਾਂ ਅਸੀਂ ਸੱਚ ਛੱਡ ਦਈਏ, ਸੰਬੰਧਤਮਕ ਹੋਵੇਗਾ ਹੀ ਤਾਂ। ਪਾਤਸ਼ਾਹ ਕਹਿਣ ਲੱਗੇ, ਕੋਈ ਸਮਝੌਤਾ ਨਹੀਂ, ਇਸ ਕਰਕੇ ਤੁਸੀਂ ਰਹਿਣਾ ਰਹੋ, ਜਾਣਾ ਜਾਓ। ਪਾਤਸ਼ਾਹ ਕਹਿਣ ਲੱਗੇ, ਅਸੀਂ ਪਰਮੇਸ਼ਰ ਦੇ ਸਹਾਰੇ ਲੜਦੇ ਹਾਂ, ਉਹ ਵਾਹਿਗੁਰੂ ਪਰਮੇਸ਼ਰ ਅੱਜ ਵੀ ਸਾਡੇ ਨਾਲ ਹੈ। ਇੰਨਾ ਕਿਹਾ, ਠੀਕ ਹੈ ਪਾਤਸ਼ਾਹ, ਫਿਰ ਤੁਹਾਨੂੰ ਤੁਹਾਡੀ ਸਿੱਖੀ ਮੁਬਾਰਕ, ਆਹ ਰੋਜ਼ਾਨਾ ਜੰਗਾਂ ਯੁੱਧਾਂ ਵਾਲੀ ਸਿੱਖੀ ਸਾਨੂੰ ਨਹੀਂ ਚਾਹੀਦੀ, ਅਸੀਂ ਤਾਂ ਨਾਮ ਜਪਣ ਵਾਲੇ ਹਾਂ। ਇਹਨਾਂ ਇਹ ਹੀ ਕਿਹਾ ਜੀ, ਅਸੀਂ ਤਾਂ ਨਾਮ ਜਪਣ ਵਾਲੇ ਸਿੱਖ ਹਾਂ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਠੀਕ ਹੈ ਭਾਈ, ਜਾਣਾ ਜਾਓ, ਤੁਹਾਡੀ ਮਰਜ਼ੀ, ਪਰ ਇਹ ਲੜਾਈ ਜ਼ੁਲਮ ਦੇ ਵਿਰੁੱਧ ਹੈ, ਇੱਦਾਂ ਚੱਲਦੀ ਰਹੇਗੀ। ਉੱਥੇ ਫਿਰ ਕੁਝ ਇਤਿਹਾਸਕਾਰ ਕਹਿੰਦੇ ਨੇ, ਗੁਰੂ ਪਾਤਸ਼ਾਹ ਨੇ ਕਿਹਾ, ਲਿਖ ਕੇ ਦੇ ਕੇ ਜਾਓ। ਇਹਨਾਂ ਗੁਰਮੁਖੋਂ ਕਾਗਜ਼ ਚੁੱਕਿਆ, ਕਲਮ ਚੁੱਕੀ। ਹੁਣ ਇੱਥੇ ਬੜੇ ਖਾਨਦਾਨੀ ਸਿੱਖ ਨੇ, ਮੈਂ 5 ਮਿੰਟ ਸਮਾਪਤੀ ਕਰਨ ਲੱਗਾ, ਸਮਾਂ ਹੋਣ ਵਾਲਾ ਹੈ। ਗੁਰਮੁਖੋ ਗੁਰੂ ਅਰਜਨ ਦੇ ਪਾਤਸ਼ਾਹ ਦੇ ਪਿਆਰੇ ਸਿੱਖ ਹੋਏ ਨੇ ਭਾਈ ਲੰਗਾਹ ਜੀ। ਗੁਰੂ ਅਰਜਨ ਦੇਵ ਲਾਹੌਰ ਗਏ ਸ਼ਹੀਦੀ ਪ੍ਰਾਪਤ ਕਰਨ, 5 ਸਿੱਖਾਂ ਵਿੱਚੋਂ ਇੱਕ ਸਿੱਖ ਭਾਈ ਲੰਗਾਹ ਸਨ। ਇਹਨਾਂ ਦਾ ਪਿੰਡ ਸੀ ਚਬਾਲ। ਭਾਈ ਲੰਗਾਹ ਦੇ ਭਰਾ ਹੋਏ ਨੇ ਪੈਰੋ ਸ਼ਾਹ, ਅਤੇ ਪੈਰੋ ਸ਼ਾਹ ਦਾ ਪੁੱਤਰ ਹੋਇਆ ਮਾਲੋ ਸ਼ਾਹ, ਅਤੇ ਮਾਲੋ ਸ਼ਾਹ ਦੀ ਧੀ ਹੈ ਬੀਬੀ ਭਾਗ ਕੌਰ। ਇਹ ਭਾਗ ਕੌਰ ਆਈ ਹੈ ਜੀ ਨਾਲ,
ਚੌਧਰੀਆਂ ਦੀ ਧੀ ਸੀ, ਮਰਦਾਵਾਂ ਭੇਜ ਸੀ ਇਹਦਾ, ਮਰਦਾਂ ਵਾਂਗ ਰਹਿੰਦੀ ਸੀ, ਲੜਦੀ ਸੀ ਗੁਰਮੁਖੋ, ਸ਼ਸਤਰਧਾਰੀ ਸੀ। ਇਸ ਮਾਈ ਭਾਂ ਕੌਰ ਦੇ ਪਤੀ ਨੇ ਨਿਧਾਨ ਸਿੰਘ ਬਣਾਇਆ ਚ ਇੱਕ ਇਹਦਾ ਇਹਨਾਂ ਦਾ ਜੇਠ ਹੈ ਭਾਈ ਸੁਲਤਾਨ ਸਿੰਘ, ਦੋ ਇਹਦੇ ਭਰਾ ਨੇ ਭਾਈ ਦਿਲਬਾਗ ਸਿੰਘ ਅਤੇ ਭਾਈ ਭਾਗ ਸਿੰਘ, ਇਹ ਆਪਣੇ ਪਰਿਵਾਰ ਸਮੇਤ ਗੁਰਮੁਖੋ ਆਈ ਹੈ। ਭਾਈ ਮਹਾਂ ਸਿੰਘ ਆਏ, ਮਹਾਂ ਸਿੰਘ ਦਾ ਭਰਾ ਹੈ ਸੀਤਲ ਸਿੰਘ, ਮਹਾਂ ਸਿੰਘ ਦਾ ਪਿਓ ਹੈ ਭਾਈ ਰਾਏ ਸਿੰਘ, ਇਹ ਵੀ ਚੱਲ ਕੇ ਆਏ ਨੇ, ਹੋਰ ਬੜੇ ਸਿੱਖ ਨੇ ਗੁਰਮੁਖੋ ਚੱਲ ਕੇ ਆਏ ਸਨ। ਇਹਨਾਂ ਇੱਕ ਵਾਰ ਲਿਖ ਦਿੱਤਾ, ਲਿਖ ਕੇ ਕਿਹਾ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਗੁਰਮੁਖੋ ਦਸਤਖਤ ਕਰ ਦਿੱਤੇ ਜੀ। ਗੁਰੂ ਪਾਤਸ਼ਾਹ ਨੇ ਕਾਗਜ਼ ਪਕੜਿਆ, ਜੇਬ ਵਿੱਚ ਪਾਇਆ, ਕਹਿਣ ਲੱਗੇ ਆਓ ਸਿੱਖੋ ਚੱਲੀਏ। ਪਾਤਸ਼ਾਹ 1500 ਦੇ ਕਰੀਬ ਸਿੱਖਾਂ ਦੇ ਨਾਲ ਖਦਰਾਣੇ ਦੀ ਢਾਬ ਵੱਲ ਚੱਲ ਪਏ। ਅੱਜ ਨਾਮ ਹੈ ਮੁਕਤਸਰ ਸਾਹਿਬ, ਉਦੋਂ ਨਾਮ ਸੀ ਖਦਰਾਣੇ ਦੀ ਢਾਬ। ਢਾਬ ਹੁੰਦਾ ਛੋਟਾ ਤਲਾਬ ਹੁੰਦਾ, ਜਿੱਥੇ ਪਾਣੀ ਮੀਂਹ ਦਾ ਪਾਣੀ ਖੜ੍ਹ ਜਾਂਦਾ ਹੈ, ਕੋਈ ਢਾਬ ਬੋਲਦੇ ਨੇ। ਪਾਤਸ਼ਾਹ ਉੱਧਰ ਨੂੰ ਚੱਲ ਪਏ। ਇੱਧਰ ਗੁਰਮੁਖੋ ਇਹ ਖੜ੍ਹੇ ਖੜੋਤੇ, ਇਹਨਾਂ ਵਿੱਚੋਂ ਫਿਰ ਕੁੱਟ ਸਿੱਖ ਸਨ, ਉਹਨਾਂ ਨੇ ਕਿਹਾ ਓਏ ਐਡਾ ਵੱਡਾ ਗੁਨਾਹ ਕੀਤਾ, ਜਿਹੜੇ ਗੁਰੂ ਨੇ ਸਾਨੂੰ ਸਭ ਕੁਛ ਬਖਸ਼ਿਆ, ਆਪਣੇ ਪੁੱਤਰ ਸਾਡੇ ਲਈ ਸ਼ਹੀਦ ਕਰਵਾਏ, ਅਸੀਂ ਉਸ ਗੁਰੂ ਨੂੰ ਲਿਖ ਕੇ ਦੇ ਦਿੱਤਾ ਹੈ, ਅਸੀਂ ਤੇਰੇ ਸਿੱਖ ਨਹੀਂ। ਕੁਝ ਕੁ ਨੇ ਕਿਹਾ ਅਸੀਂ ਗੁਰੂ ਨੂੰ ਤਿਆਗਣ ਵਾਸਤੇ ਨਹੀਂ, ਗੁਰੂ 'ਤੇ ਕੁਰਬਾਨ ਹੋਣ ਵਾਸਤੇ ਆਏ ਸਾਂ, ਅਸੀਂ ਨਹੀਂ ਵਾਪਸ ਜਾਣਾ। ਕੁਝ ਗੁਰਮੁਖ ਵਾਪਸ ਚਲੇ ਗਏ। 40-42-45 ਦੇ ਕਰੀਬ ਸਿੱਖ ਨੇ ਜਿਹੜੇ, ਉਹ ਫਿਰ ਇੱਥੋਂ ਪਾਤਸ਼ਾਹ ਦੇ ਪਿੱਛੇ ਪਿੱਛੇ ਤੁਰ ਪਏ ਸਾਰੇ ਜੀ। ਇੱਧਰ ਪਿੱਛੋਂ ਵਜ਼ੀਰ ਖਾਨ ਚੜ੍ਹ ਕੇ ਆਉਂਦਾ ਪਿਆ, ਹੁਣ ਅੱਗੇ ਗੁਰੂ ਪਾਤਸ਼ਾਹ ਚੱਲਦੇ ਪਏ ਨੇ, ਉਸ ਤੋਂ ਪਿੱਛੋਂ ਇਹ 40-45 ਸਿੱਖ ਨੇ, ਅੱਧੇ ਵਾਪਸ ਮੁੜ ਗਏ, ਅਤੇ ਉਸ ਤੋਂ ਪਿੱਛੋਂ ਵਜ਼ੀਰ ਖਾਨ ਦੀਆਂ ਫੌਜਾਂ ਨੇ। ਗੁਰੂ ਪਾਤਸ਼ਾਹ ਖਦਰਾਣੀ ਢਾਬ 'ਤੇ ਪਹੁੰਚੇ, ਮੋਰਚੇ ਲਾਏ। ਇਹਨਾਂ ਜਿਹੜੇ 40-45 ਸਿੱਖ ਸਨ, ਇਹਨਾਂ ਨੇ ਕਿਹਾ ਗੁਰੂ ਕੋਲ ਪਹੁੰਚਣ ਤੋਂ ਪਹਿਲਾਂ ਆਪਾਂ ਫੌਜਾਂ ਦਾ ਮੁਕਾਬਲਾ ਕਰੀਏ, ਪਹਿਲਾਂ ਫੌਜਾਂ ਨੂੰ ਰੋਕੀਏ। ਇਹਨਾਂ ਰਸਤੇ 'ਚ ਤੰਬੂ, ਰਸਤੇ 'ਚ ਮੋਰਚੇ ਲਾਏ ਜੀ। ਇਹ ਗੁਰਮੁਖੋ ਰਸਤੇ 'ਚ ਮੋਰਚੇ ਲਾ ਕੇ ਇਹ ਵਜ਼ੀਰ ਖਾਨ ਨੂੰ ਰੋਕਦੇ ਨੇ। ਫਿਰ ਤਾੜ ਤਾੜ ਗੋਲੀਆਂ ਚੱਲਦੀਆਂ। ਜਦੋਂ ਗੁਰੂ ਪਾਤਸ਼ਾਹ ਕੋਲ ਖਬਰ ਪਹੁੰਚੀ, ਪਾਤਸ਼ਾਹ ਉੱਥੇ ਵੀ ਕੁਝ ਸਿੱਖ ਲੜਦੇ ਪਏ ਨੇ, ਪੁੱਛਿਆ ਕੌਣ? ਜਿਹੜੇ ਪਾਤਸ਼ਾਹ ਬੇਦਾਵੀਏ ਸਨ ਉਹਨਾਂ ਵਿੱਚੋਂ ਬਹੁਤ ਸਾਰੇ ਮੁੜ ਆਏ ਨੇ। ਪਾਤਸ਼ਾਹ ਨੇ ਕਿਹਾ ਮੁੜੇ ਨੇ ਉਹ ਮੇਰੇ ਨੇ, ਤਾਂ ਮੁੜ ਕੇ ਆਏ ਨੇ, ਜਾਓ ਭਾਈ ਮਦਦ ਕਰੋ। ਗੁਰੂ ਪਾਤਸ਼ਾਹ ਨੇ ਫੌਜਾਂ ਇੱਥੇ ਭੇਜੀਆਂ। ਗੁਰਮੁਖੋ ਇੱਥੇ ਫਿਰ ਖੂਨ ਡੋਲਵੀਂ, 5 ਘੰਟੇ ਲੜਾਈ ਹੁੰਦੀ ਹੈ ਲਗਭਗ, 5 ਘੰਟੇ, ਇੱਕੋ ਦਿਨ ਦੀ ਲੜਾਈ ਹੈ ਮੁਕਤਸਰ ਸਾਹਿਬ ਦੀ ਲੜਾਈ, 5 ਘੰਟੇ ਲੜਾਈ ਹੋਈ। ਅਤ ਕਿਉਂਕਿ ਉਸ ਸਮੇਂ ਅੱਜ ਵਾਲਾ ਨਹੀਂ ਸਮਾਂ ਇਹ, ਅਸਲ ਵਿੱਚ ਇਹ ਜੰਗ 21 ਵੈਸਾਖ ਨੂੰ ਹੋਈ ਜੀ, 7-8 ਮਈ ਦਾ ਦਿਨ ਬਣਦਾ। ਉਹ ਉਸ ਸਮੇਂ ਗਰਮੀਆਂ ਦੇ ਦਿਨ ਚੱਲਦੇ ਪਏ ਸੀ, ਅੱਤ ਦੀ ਗਰਮੀ ਸੀ ਉੱਥੇ। 5 ਘੰਟੇ ਲੜੀਆਂ ਫੌਜਾਂ, ਸਿੱਖਾਂ ਦਾ ਪਾਣੀ 'ਤੇ ਕਬਜ਼ਾ ਸੀ, ਦੁਸ਼ਮਣ ਦੀਆਂ ਫੌਜਾਂ ਪਾਣੀ ਤੱਕ ਨਹੀਂ ਸੀ ਪਹੁੰਚ ਸਕਦੀਆਂ। ਅਖੀਰ ਨੂੰ ਫੌਜਾਂ ਧਿਆਈਆਂ ਹੀ ਮਰਨ ਲੱਗੀਆਂ। ਇੱਕ ਤਾਂ ਲੜਨਾ, ਨਵਾਂ ਇਲਾਕੇ ਦਾ ਕੋਈ ਪਤਾ ਨਹੀਂ, ਤੀਜਾ 4-5 ਘੰਟਿਆਂ ਦਾ ਪਾਣੀ ਤੋਂ ਬਿਨਾਂ ਜੰਗ ਲੜਨੀ। ਫੌਜਾਂ ਗੁਰਮੁਖੋ ਤਰਸ ਤਰਸ ਕੇ ਮਰਨ ਲੱਗੀਆਂ ਵਜ਼ੀਰ ਖਾਨ ਦੀਆਂ। ਵਜ਼ੀਰ ਖਾਨ ਨੂੰ ਲੱਗਿਆ ਮੈਂ ਵੀ ਇੱਥੇ ਮਰ ਜਾਂਗਾ। ਕਪੂਰੇ ਨੇ ਪੁੱਛਿਆ ਕਪੂਰਿਆ ਪਾਣੀ ਕਿੰਨੀ ਦੂਰ ਮਿਲੇਗਾ? ਕਪੂਰੇ ਦੇ ਅੰਦਰ ਦਾ ਸਿੱਖ ਜਾਗਿਆ, ਉਹਨੇ ਕਿਹਾ ਅੱਗੇ ਚੱਲਾਂਗੇ ਤਾਂ 30 ਕੋ ਮਿਲੇਗਾ, ਪਿੱਛੇ ਚੱਲਾਂਗੇ ਤਾਂ 10 ਕੋ ਤੇ ਮਿਲ ਜਾਏਗਾ। ਵਜ਼ੀਰ ਖਾਂ ਇਹ ਗੱਲ ਚੇਤਾ ਰੱਖ, ਗੁਰੂ ਨੂੰ ਤੂੰ ਲੱਖਾਂ ਦੀਆਂ ਫੌਜਾਂ ਅਨੰਦਪੁਰ ਘੇਰਾ ਪਾ ਕੇ ਰੱਖਿਆ, ਨਹੀਂ ਫੜ ਸਕਿਆ। ਚਮਕੌਰ ਲੱਖਾਂ ਦਾ ਘੇਰਾ ਪਾਇਆ, ਗੁਰੂ ਨਹੀਂ ਫੜਿਆ ਗਿਆ। ਇੱਥੇ 1000 ਕੁ ਦੀਆਂ ਫੌਜਾਂ ਲੈ ਕੇ, 1000 ਦੀਆਂ ਫੌਜਾਂ, ਕਿੱਥੇ ਗੁਰੂ ਪਕੜਿਆ ਜਾਣਾ? ਆਪਣੇ ਆਪ ਨੂੰ ਬਚਾ ਅਤੇ ਵਾਪਸ ਭੱਜ ਲੈ। ਗੁਰਮੁਖੋ ਵਜ਼ੀਰ ਖਾਨ ਜੰਗ ਦਾ ਮਨ ਛੱਡ ਕੇ ਭੱਜ ਆਇਆ। ਉਹਨੂੰ ਪਤਾ ਲੱਗਿਆ ਵੀ ਜਾਨ ਨਹੀਂ ਜੇ ਬਚਣੀ ਮੇਰੀ। ਤੜਫਦੀਆਂ ਹੋਈਆਂ ਫੌਜਾਂ, ਪਾਣੀ ਤੋਂ ਬਿਨਾਂ ਵਜ਼ੀਰ ਖਾਨ ਛੱਡ ਕੇ ਮੈਦਾਨ ਇੱਥੋਂ ਭੱਜਿਆ। ਗੁਰੂ ਪਾਤਸ਼ਾਹ ਨੇ ਮੈਦਾਨ ਫਤਿਹ ਕੀਤਾ। ਅਖੀਰ ਉੱਤੇ ਪਾਤਸ਼ਾਹ ਸਿੱਖਾਂ ਨੂੰ ਜਾ ਕੇ ਮਿਲੇ। ਪਾਤਸ਼ਾਹ ਨੇ ਕਿਹਾ ਇਹ ਮੇਰੇ ਬਦਾਵੀਏ ਸਨ, ਮਹਾਂ ਸਿੰਘ ਦੇ ਗੋਦ ਸਿਰ ਰੱਖਿਆ ਮਹਾਂ ਸਿੰਘ ਦਾ। ਪਾਤਸ਼ਾਹ ਮਹਾਂ ਸਿੰਘ ਮੰਗ ਕੀ ਮੰਗਦਾ? ਕਹਿਣ ਲੱਗਾ ਪਾਤਸ਼ਾਹ ਜਿਹੜੇ ਤੋੜ ਕੇ ਚਲੇ ਗਏ ਨੇ, ਕਿਰਪਾ ਕਰੋ ਉਹਨਾਂ ਟੁੱਟੀ ਹੋਈ ਨੂੰ ਗੰਢ ਲਵੋ। ਪਾਤਸ਼ਾਹ ਨੇ ਕਿਹਾ ਉਹ ਵੀ ਮੇਰੇ, ਤੁਸੀਂ ਵੀ ਮੇਰੇ, ਸਾਰੇ ਮੇਰੇ, ਮੈਂ ਟੁੱਟੀ ਹੋਈ ਨੂੰ ਗੰਢ ਦਿੱਤਾ ਹੈ। ਅੱਜ ਗੁਰਮੁਖੋ ਅਸੀਂ ਉਹਨਾਂ ਦਾ ਦਿਹਾੜਾ ਮਨਾ ਰਹੇ ਹਾਂ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਿਰਪਾ ਕਰੋ, ਮੈਂ ਸਵੇਰੇ ਵੀ ਬੇਨਤੀ ਕੀਤੀ, ਜਿਹੜੇ ਗੁਰਮੁਖੋ ਬੇਦਾਵੀਏ ਸਨ ਉਹਨਾਂ ਨੇ ਨਾ ਕੇਸ ਕਟਾਏ,
ना उन्होंने बाणी पढ़नी छड़ी, ना गुरमुखो वो कोई नशा करते सन, पर एक गल सी उन्होंने कहा पातशाह असी तेरे बचन नहीं मनना, बस बचन नहीं मनिया तो बदावीए हो गए। यदा अर्थ है जड़ तक बचन मनते हाँ असी गुरु के सिख हाँ, जे बचन नहीं मनने तो बदावीए हाँ। पातशाह कृपा करन ये बदावा असी ना देिए, असी सदा गुरु के बचना प्रवान करते रहिए, गुरु के बचन मन के संगत में आते रहिए, गुरु चरणों में बैठ के गुरमुखो सदा अपन रहमत अपन बख्शां झोली भरते रहिए। सतगुरु पातशाह कृपा करन माघ का महीना संगत करदियां नाम जपदियां बतीत होवे, भुलां चुकां की खिमा फतेह बुलाओ आखो जी वाहेगुरु जी का खालसा वाहेगुरु जी की फतेह।